ਕੇਂਦਰ ਸਰਕਾਰ ਵੱਲੋਂ ਸੀਵਰ ਮੈਨਾਂ ਦੀ ਸਹਾਇਤਾ ਲਈ ਨਮਸਤੇ ਸਕੀਮ ਤਹਿਤ ਗਟਰਾਂ ਦੀ ਸਫਾਈ ਹੱਥਾਂ ਦੀ ਥਾਂ ਮਸ਼ੀਨਰੀ ਨਾਲ ਕਰਨ ਦੀ ਸਹੂਲਤ ਉਪਲਬਧ ਕਰਵਾਈ ਜਾ ਰਹੀ ਹੈ। ਇਸ ਯੋਜਨਾ ਤਹਿਤ ਰਾਜ ਦੀਆਂ ਸ਼ਹਿਰੀ ਸਥਾਨਕ ਸੰਸਥਾਵਾਂ ਵੱਲੋਂ ਮਸ਼ੀਨਰੀ ਅਤੇ ਕਿੱਟਾਂ ਦੀ ਖਰੀਦ 'ਤੇ 5 ਲੱਖ ਰੁਪਏ ਦੀ ਸਬਸਿਡੀ ਦੇ ਤੌਰ 'ਤੇ ਕੇਂਦਰੀ ਸਹਾਇਤਾ ਉਪਲਬਧ ਕਰਵਾਈ ਜਾ ਰਹੀ ਹੈ। ਇਸ ਸਕੀਮ ਤਹਿਤ ਜਿੱਥੇ ਸੀਵਰ ਅਤੇ ਸੈਪਟਿਕ ਟੈਂਕ ਵਰਕਰਾਂ ਦੀ ਸ਼ਨਾਖਤ ਕੀਤੀ ਜਾਂਦੀ ਹੈ, ਉੱਥੇ ਉਹਨਾਂ ਨੂੰ ਕਿੱਤਾ ਮੁਖੀ ਸਿਖਲਾਈ ਦੇਣ ਦੇ ਨਾਲ ਨਾਲ ਕਿੱਟਾਂ ਉਪਲਬਧ ਕਰਵਾਈਆਂ ਜਾਂਦੀਆਂ ਨੇ ਅਤੇ ਸੈਨੀਟੇਸ਼ਨ ਰਿਸਪੌਂਸ ਯੂਨਿਟਾਂ ਨੂੰ ਸੁਰੱਖਿਆ ਉਪਕਰਨਾਂ ਲਈ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ। ਇਸ ਸਕੀਮ ਦੇ ਘੇਰੇ ਵਿੱਚ ਆਉਂਦੇ ਵਰਕਰਾਂ ਅਤੇ ਉਹਨਾਂ ਦੇ ਪਰਿਵਾਰਾਂ ਲਈ ਪ੍ਰਧਾਨ ਮੰਤਰੀ ਸਿਹਤ ਬੀਮਾ ਯੋਜਨਾ ਅਤੇ ਆਯੁਸ਼ਮਾਨ ਭਾਰਤ ਜਨ ਆਰੋਗਯ ਯੋਜਨਾ ਦਿੱਤੀ ਜਾਂਦੀ ਹੈ। ਇਸ ਮੌਕੇ ਹਾਜ਼ਰ ਸੀਵਰਮੈਨਾਂ ਨੂੰ ਇਹਨਾਂ ਯੋਜਨਾਵਾਂ ਦੇ ਫਾਇਦਿਆਂ ਬਾਰੇ ਵਿਸਥਾਰ ਵਿੱਚ ਦੱਸਿਆ ਗਿਆ। ਅਜਿਹਾ ਹੀ ਪ੍ਰੋਜੈਕਟ ਮੋਹਾਲੀ ਜ਼ਿਲ੍ਹੇ ਵਿੱਚ ਚੱਲ ਰਿਹਾ ਹੈ, ਜਿਸ ਤਹਿਤ ਖਰੜ ਅਤੇ ਕੁਰਾਲੀ ਨਗਰ ਕੌਂਸਲਾਂ ਵੱਲੋਂ ਮਸ਼ੀਨਰੀ ਦੀ ਖਰੀਦ ਕੀਤੀ ਗਈ ਹੈ। ਸਰਕਾਰ ਵੱਲੋਂ ਸਾਨੂੰ ਸਹੂਲਤ ਦਿੱਤੀ ਗਈ ਆ, ਮਸ਼ੀਨ ਸਾਨੂੰ ਦੱਸਿਆ ਗਿਆ ਮਸ਼ੀਨ ਬਾਰੇ ਵੀ, ਹਾਂ ਕਿਵੇਂ ਕੰਮ ਕਰੂਗੀ ਇਹ। ਠੀਕ ਹੈ ਜੀ, ਪਹਿਲਾਂ ਸੀਵਰ ਦੇ ਵਿੱਚ ਸਾਡੇ ਮੁਲਾਜ਼ਮ ਵੱਢਦੇ ਸੀ, ਮੇਨ ਹਾਲ ਸਾਫ਼ ਕਰਦੇ ਤੇ ਤਾਂ ਗੈਸ ਚੜ੍ਹ ਜਾਂਦੀ ਤੀ, ਪਰ ਹੁਣ ਸਰਕਾਰ ਵੱਲੋਂ ਇਹ ਉਪਰਾਲਾ ਕੀਤਾ ਗਿਆ, ਸਾਨੂੰ ਮਸ਼ੀਨ ਦਿੱਤੀ ਗਈ ਆ, ਅਸੀਂ ਉਹਦੇ ਨਾਲ ਕੰਮ ਕਰਾਂਗੇ ਅਤੇ ਸਾਡੀ ਵੀ ਸੇਫਟੀ ਰਹੂਗੀ ਜੀ। ਸਾਡੀ ਸੇਫਟੀ ਵਾਸਤੇ ਸਾਨੂੰ ਬਹੁਤ ਫੈਸਿਲਿਟੀ ਮਿਲ ਰਹੀ ਹੈ ਸਰਕਾਰ ਵੱਲੋਂ, ਅਸੀਂ ਸ਼ੁਕਰਗੁਜ਼ਾਰ ਹਾਂ ਸਰਕਾਰ ਦੇ ਵੀ ਸਾਡੇ ਬਾਰੇ ਇੰਨਾ ਸੋਚਦੇ ਆ। ਵਧੀਆ ਮਸ਼ੀਨ ਦਾ ਉਹ ਹੈ ਜੀ, ਵਿੱਚ ਵੜਨ ਦੀ ਲੋੜ ਨਹੀਂ ਪੈਣੀ, ਹੁਣ ਜਿਹੜਾ ਵੀ ਅਸੀਂ ਕੰਮ ਕਰਨਾ ਉਹ ਅਸੀਂ ਮਸ਼ੀਨ ਦੇ ਰਾਹੀਂ ਕੰਮ ਕਰਾਂਗੇ।